ਟੁਕਰੇ ਆਪਾਂ ਕਿੰਨੇ ਕਰਮ ਵਾਲੇ ਆ ਕਿੰਨਾ ਪਿਆਰ ਕਰਨ ਵਾਲੇ ਬੱਚੇ ਮਿਲੇ ਆਪਾਂ ਨੂੰ ਮੁੰਡੇ ਬਾਪੂ ਜੀ ਕਰਦੇ ਰਹਿੰਦੇ ਨੇ ਸਾਰੀ ਗੱਲਾਂ 'ਚ ਸਲਾਹ ਲੈਂਦੇ ਨੇ ਆਪਣੀ ਆਹ ਨੂੰਹਾਂ ਵੀ ਦੇਖ ਲਾ ਆਪਣੀਆਂ ਬੇਬੇ ਜੀ ਕਰਦੀ ਰਹਿੰਦੀਆਂ ਨੇ ਤੈਨੂੰ ਇਹ ਨੂੰਹਾਂ ਨਹੀਂ ਧੀਆਂ ਮਿਲੀਆਂ ਨੇ ਆਪਾਂ ਨੂੰ ਸਹੀ ਕਹਿੰਦੇ ਜੀ ਤੁਸੀਂ ਇਹ ਤਾਂ ਕੋਈ ਆਪਣਾ ਪਿਛਲੇ ਜਨਮ ਦਾ ਪੁੰਨ ਕੀਤਾ ਹੋਇਆ ਸੀਗਾ ਤਾਂ ਹੀ ਤਾਂ ਇੰਨੇ ਚੰਗੇ ਤੇ ਸੰਸਕਾਰੀ ਨੂੰਹ ਪੁੱਤ ਮਿਲੇ ਨੇ ਆ ਲਓ ਬਾਪੂ ਜੀ ਗਰਮ ਗਰਮ ਰੋਟੀ ਖਾ ਲਓ ਫਿਰ ਐਵੇਂ ਠੰਡੀ ਹੋ ਜੂਗੀ ਅੱਛਾ ਬਾਪੂ ਜੀ ਜੇ ਤੁਹਾਨੂੰ ਹੋਰ ਰੋਟੀ ਦੀ ਲੋੜ ਹੋਈ ਨਾ ਤੁਸੀਂ ਮੈਨੂੰ ਦੱਸਿਓ ਮੈਂ ਗਰਮ ਗਰਮ ਲਿਆ ਕੇ ਦਊਂਗੀ ਠੀਕ ਆ ਪੁੱਤ ਸਰਦਾਰ ਜੀ ਚੰਗੇ ਖਾਨਦਾਨ ਦੀਆਂ ਧੀਆਂ ਦੇ ਵਿੱਚ ਇਹੋ ਜਿਹੇ ਗੁਣ ਹੁੰਦੇ ਨੇ ਜਿਹੜੇ ਆਪਣੀਆਂ ਨੂੰਹਾਂ 'ਚ ਨੇ ਮਾਂ ਬਾਰੇ ਨਜ਼ਰ ਨਾ ਲੱਗ ਜੇ ਉਹਨਾਂ ਨੂੰ ਕਿਤੇ ਦੋਨੋਂ ਦਰਾਣੀ ਜਠਾਣੀ ਐ ਰਹਿੰਦੇ ਨੇ ਜਿਵੇਂ ਦੋਨੋਂ ਸਕੀਆਂ ਭੈਣਾਂ ਹੁੰਦੀਆਂ ਨੇ ਸੁਰਜੀਤ ਕੁਰੇ ਇਹ ਤਾਂ ਆਪਣੇ ਚੰਗੇ ਕਰਮ ਕੀਤੇ ਹੋਏ ਜੀ ਜਿਹੜੀਆਂ ਇੰਨੀਆਂ ਚੰਗੀਆਂ ਨੂੰਹਾਂ ਮਿਲੀਆਂ ਨੇ ਆਪਾਂ ਨੂੰ ਆਹ ਫੜ ਥਾਲੀ ਮੈਨੂੰ ਨਾ ਦਵਾਈ ਲਿਆ ਦੇ ਲਿਆਉਣੀ ਆ ਜੀ ਬਾਪੂ ਜੀ ਤੁਹਾਡਾ ਮੰਜਾ ਉੱਧਰ ਬੈਠਕ 'ਚ ਵਿਛਿਆ ਪਿਆ ਤੁਸੀਂ ਉੱਧਰ ਪੈ ਜਾਓ ਨਾਲੇ ਨਾ ਆਹ ਕੱਪੜੇ ਧੋਣ ਵਾਲੇ ਪਏ ਨੇ ਇਹ ਕੱਪੜੇ ਧੋ ਦੂੰਗੀ ਮੈਂ ਆ ਜਾਓ ਮੈਂ ਤੁਹਾਨੂੰ ਬਿਠਾ ਦਿੰਦੀ ਹਾਂ ਬਾਪੂ ਜੀ ਤੁਹਾਨੂੰ ਤਾਂ ਬਹੁਤ ਤੇਜ਼ ਬੁਖਾਰ ਲੱਗਦਾ ਤੁਸੀਂ ਬੈਠੋ ਇੱਥੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਆਰਾਮ ਕਰੋ ਤੁਸੀਂ ਹਾਂ ਹਾਂ ਬਾਈ ਫਸਲ ਬਾੜੀ ਬਹੁਤ ਵਧੀਆ ਮਾਲਕ ਦੀ ਕਿਰਪਾ ਬਾਈ ਤੁਸੀਂ ਸੁਣਾਓ ਆਪਣਾ ਬਾਈ ਹਾਂ ਸਭ ਠੀਕ ਹੈ ਤੁਹਾਡਾ ਪਰਿਵਾਰ ਠੀਕ ਹੈ ਸਭ ਚੱਲ ਬਾਈ ਮੈਂ ਫਿਰ ਕਰਦਾ ਤੁਹਾਡੇ ਨਾਲ ਗੱਲ ਸੁਣਿਓ ਜੀ ਬਾਪੂ ਨੂੰ ਬੁਖਾਰ ਚੜਿਆ ਲੱਗਦਾ ਦੇਖੋ ਜ਼ਰਾ ਜਾ ਕੇ ਅੱਛਾ ਚੱਲ ਮੈਂ ਦੇਖਦਾ ਕੋਈ ਗੱਲ ਨਹੀਂ ਆ ਜਾਓ ਤੁਸੀਂ ਬਾਈ ਕੀ ਗੱਲ ਹੋ ਗਈ ਬਾਪੂ ਨੂੰ ਬੁਖਾਰ ਹੋ ਗਿਆ ਯਾਰ ਚੱਲ ਆਪਾਂ ਸ਼ਹਿਰ ਲੈ ਚੱਲੀਏ ਬੁਖਾਰ ਕਿਤੇ ਜ਼ਿਆਦਾ ਹੀ ਨਾ ਹੋ ਜੇ ਮੈਂ ਤਾਂ ਕਹਿਣਾ ਬਾਪੂ ਨੂੰ ਪਹਿਲਾਂ ਪਿੰਡੋਂ ਹੀ ਦਵਾਈ ਦਵਾ ਦਿੰਦੇ ਹਾਂ ਜੇ ਨਾ ਠੀਕ ਹੋਇਆ ਫਿਰ ਸਵੇਰੇ ਸ਼ਹਿਰ ਲੈ ਚੱਲਾਂਗੇ ਕੋਈ ਗੱਲ ਨਹੀਂ ਪੁੱਤ ਮੈਂ ਠੀਕ ਹਾਂ ਮੈਨੂੰ ਪਿੰਡ ਵਾਲੇ ਡਾਕਟਰ ਤੋਂ 2 ਗੋਲੀਆਂ ਲਿਆ ਦਿਓ ਮੈਂ ਹੋ ਜਾਊਂਗਾ ਠੀਕ ਬੜਾ ਬੁਖਾਰ ਨਹੀਂ ਹੈ ਮੈਨੂੰ ਬਾਪੂ ਜੀ ਮੈਂ ਤੁਹਾਡੇ ਲਈ ਪਾਣੀ ਗਰਮ ਕਰਕੇ ਲੈ ਕੇ ਆਉਂਦੀ ਹਾਂ ਚੱਲ ਬਾਪੂ ਤੂੰ ਆਰਾਮ ਕਰ ਮੈਂ ਲਿਆਉਣਾ ਦਵਾਈ ਤੇਰੇ ਲਈ ਮੈਨੂੰ ਲੱਗਦਾ ਬੁਖਾਰ ਤੁਹਾਨੂੰ ਤੇਜ਼ ਹੋ ਰਿਹਾ ਠੰਡ ਤਾਂ ਨਹੀਂ ਲੱਗਦੀ ਤੁਹਾਨੂੰ ਮੈਂ ਤੁਹਾਡੇ ਵਾਸਤੇ ਕੰਬਲ ਜਾਂ ਖੇਸ ਲੈ ਕੇ ਆਉਂਦੀ ਹਾਂ ਬਾਪੂ ਜੀ ਮੈਂ ਨਾ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਲੌਂਗ ਅਤੇ ਅਦਰਕ ਵਿੱਚ ਪਾ ਕੇ ਬਾਪੂ ਦਿਲ ਤਾਂ ਨਹੀਂ ਕੱਟਦਾ ਤੇਰਾ ਤੇਰਾ ਤਾਂ ਹੋਇਆ ਜੀ ਹੁਣ ਤਾਂ ਮੈਂ ਠੀਕ ਹਾਂ ਗੱਲ ਸੁਣ ਪੁੱਤ ਅੱਜ ਆਪਣੀ ਪਾਣੀ ਦੀ ਵਾਰੀ ਸੀ ਤੁਸੀਂ ਦੋਨੇ ਇੱਥੇ ਫਿਰਦੇ ਹੋ ਉਹ ਬਾਪੂ ਉਹ ਪਾਣੀ ਤਾਂ ਮੈਂ ਸਵੇਰੇ ਵੱਢ ਆਇਆ ਸੀ ਹੁਣ ਤਾਂ ਮੈਂ ਖੇਤ ਗੇੜੇ ਹੀ ਮਾਰ ਕੇ ਆਉਣਾ ਮੈਂ ਤਾਂ ਰੋਟੀ ਖਾਣ ਆਇਆ ਸੀ ਚੱਲ ਐਂ ਕਰ ਉਹ ਜੱਗਾ ਗਿਆ ਦਵਾਈ ਲੈਣ ਤੂੰ ਆਰਾਮ ਕਰ ਦਵਾਈ ਲੈ ਲਈ ਆਪਣੀ ਮੈਂ ਖੇਤ ਗੇੜਾ ਮਾਰਿਆ ਵਾਂ ਠੀਕ ਆ ਪੁੱਤ ਕੋਈ ਖਾਸ ਗੱਲ ਨਹੀਂ ਹੈਗੀ ਜੀ ਨੋਰਮਲ ਬੁਖਾਰ ਹੈ ਮੈਂ ਦਵਾਈ ਦੇ ਦਿੰਦਾ ਠੀਕ ਹੈ ਜੇ ਕੋਈ ਜ਼ਿਆਦਾ ਸ਼ਿਕਾਇਤ ਲੱਗੀ ਤਾਂ ਮੈਨੂੰ ਫੋਨ ਕਰ ਦਿਓ ਦੁਬਾਰਾ ਠੀਕ ਹੋ ਜੀ ਕੋਈ ਗੱਲ ਨਹੀਂ ਘਬਰਾਓ ਨਾ ਠੀਕ ਹੈ ਜੀ ਮੈਂ ਚੱਲਦਾ ਜੇ ਲੋੜ ਪਈ ਤਾਂ ਮੈਨੂੰ ਫੋਨ ਕਰ ਦਿਓ ਆਹ ਦਵਾਈ ਦੇ ਦਿਓ ਇਹਨੂੰ ਹੈ ਆ ਲੈ ਬਾਪੂ ਹੋ ਖੜਾ ਗੋਲੀ ਲੈ ਉਹ ਲਵਾ ਹੱਥ ਜੱਗੇ ਬੇਬੇ ਜੀ
देखे बापू जी ने सवेर का कुछ नहीं खाया। बेबे जी मैं ना बापू लिए खिचड़ी बना लियानी आ, देसी घ्यो पा के खाएंगे ना गर्म गर्म तो आराम मिलेगा। मैं ना बापू जी वास्ते पानी गर्म कर दिनी हाँ, गर्म गर्म पाना नहाँगे ना तो शरीर नू आराम मिलेगा। हाँ जा कर ले। बंत मैं तड़के ना आड़ती को जाना, नाले रे भी लिया, तू पठे पुठे बढ़ लें। ठीक है भाई, मैं खेतों पठे ले आऊँगा। नाले ऐ कर, जे तू शहर जा ही रहा तो जमार दा बी भी ले आई। हाँ हाँ लिया मैं। ठीक है बेबे, आ राणी ने पानी गर्म करता, तू बापू नू नमा दे। फिर नमाउण तो बाद गोली दे दी जिहड़ी डॉक्टर देख गया। मैं पिंड च जाया वा अकेले के भुगते। हुण ठीक है बापू पहला नालो? हाँ पुत ठीक है। हो जाएगा ठीक, फिर आराम कर ली, नहा के दवाई दवाई ले ली। ठीक है पुत। मैं जाया वा बेबे। ठीक है पुत जाया। मैं की कहनी आई, उठो नाले तो नहा लो फिर दवाई खा लियो। हैं भैन जी, मैं की कहती सी हो जगे भाजी नू कह दिंदे बापू दे ज्योंदे जी जमीन वंड लेंदे हैं, एवें बाद च मरिया तो फर्क पैंदा फिरूगा, नाले कोर्ट कचहरी पुलिस थाने सौ स्यापे हो जांदे आ। करी ती गल तेरे भाजी नाल, उदों तां टाल मटोल जा कर गए ऊं वधिया, जे बापू जी ज्योंदे जी सारा कुछ कर जाण। चल ऐ कर राणी, तू आ दुध ठंडा कर दे, मैं तेरे भाजी नू इन्नी रोटी दे आवां। मीसनी जी ना होवे तां कम चोर जी ना होवे तां। आ लो जी रोटी। गल सुनियो मेरी, मैं थोनू ऐ कहंदी सी वी जे लगदे हथ आ जमीन वाला काम बापू जी तो करवाए लैंदे तुसी, नाले वैसे भी बुढ़े हड्डां दा की पता, नाले बाद दे विच एवें फिर लड़ाइयां हुंदियां फिरनगियां, एक दूजे दा सिर पाड़दे फिरोंगे। एदे नालों तां चंगा बापू जी दे जिउंदे जी सारा काम नवेड़ दो। ओ भलीए मानसे, मैं ये गल बापू नू किवें कहांगा वी साडी जमीन वंड दे, ये गल उहनू बुरी नहीं लगूगी? भैड़ी तां लगूगी, नाले बाद दे विच कोर्ट कचहरियां च धक्के खांदे फिरोंगे, बंदे इकट्ठे करदे फिरोंगे, ना ओ गल चंगी लगू। ओ यार बापू नू की कहां मैं फिर? मेरी गल सुनो, तुसी बापू जी नू ऐ कहो वी बापू जी हुण तुहाडे तो तुरे फिरिया नहीं जांदा, उम्र होगी ना, आ जिहड़े जमीनी काम काज ने ये हुंदे आ भज नठ के, ना तुहाडे तो हुण भज नठ होनी नहीं, ये काम हुण असीं आप करांगे। तुसी ऐ करो साढ़े हक की बनती जमीन सानू दोवें भरावां नू दे दो, बस इन्नी कु गल है। हाँ हाँ ये तेरी गल ठीक है, अहीं कहूँगा फिर मैं। कोई नहीं मैं करदा बापू जी नाल गल, जा एक फुलका होर लिया दे। लियानी आ ओ आ पानी ता दे जा। लियानी आ पाहट, तू ना घुग्गू ही बनया रही सारी उम्र, तेरे पराने जमीन लवा लैनी आप दे नां ते, बनया रही सीरी उन्हां दा। अज भी बापू जी ना कचहरी गया सी, सांभला मौका चंगा रहेगा, नहीं मिट्टी ना मिट्टी तू हुंदा रही, जमीन लवा लू अगला आप दे नां। ओ ऐ किवें बना लैणगे जमीन, वो कले लवा लू ना अपने बापू, बंड के दो दोहानू। तेरी तो ना अकल ते पर्दा पिया वे, एवें नहीं बापू नू देसी घ्यो पा पा दिंदी सब्जी च तेरी भरजाई, बड़ी मिसनी आ, बुढ़ा बुढ़ी ने तो जमा वस च करी बैठी है अगली चंदरी सुसनी जी।
वो जिन्ना मर्जी घ्यो पा पा के दे जाए, अह कोई किसी दलों च नहीं आना होंगे तो ना कोई किसी को बस च कर सकता। मैं तड़के करदा बापू नाल गल, फिर गल कर कुछ नहीं बनना। अगली ना आपके सुरखी पाउडर ते सूटां दे खर्चे भी सांझे खाते च पाउंदी है। बापू जी नूं कह भी आपके ज्योंदे जी ना दोनों थां ते मंडियां पा दे, तेरा हिस्सा तेनू दे दे ओदा ओनू, बस गल खत्म। ओ तू भी ना हद्दे करी जानी राणी, वो ऐ नहीं वंडियां पैंदियां हुंदियां, वंडियां पाउण वेले 20 बंदे चाहीदे विच, नाले तू मेरे हुंदे क्यों घबराई जानी है? वे तू भोला है तां कहनी आ, नाले दुध कर ले गरम मेरे वास्ते। कर ले अमनिया। ऐ सौखियां पईआं जमीनां बंडणियां, इहनू कौन समझावे? बापू जी मैं कहना तुहाडी सेहत बाही डाउन जी रहिंदी आ, आ जिहड़े जमीन जायदाद वाले कम ने ना ये भज नठ हुण तुहाडे तों नहीं हुंदी, ये जिहड़ी जिम्मेवारी आ ना ये हुण तुसीं सानू दे दिओ, तुसीं आराम करो, है ना बंत? ओ हाँ बई जगे, मैं तां आप ही कहना बई भी बापू नूं बार बार अंदर बाहर आउणा जाणा औखा गा, सेहत नहीं ना बापू दी ठीक रहिंदी। आपां इह करदे आ, आपां बापू जी नूं नाल लिजा के ना जिन्नी जिन्नी जमीन आपां नूं आउंदी आ बापू तों अपने ना करवा लैंदे आ। क्या बापू तूं की कहना? ओ मैं की कहना पुत, ये जमीन तां सूडी ओ आ, मैं की करनी है जमीन, बौणी करनी तां तुसीं आ, नाले तुसीं मेरे इन्ने लायक पुत हो, हुण तक तुसीं ने मेरी इन्नी सेवा की आ, अगे भी तो करोगी। सानू तो पुत मान आ थोड़े दोनों दे, मैं तो रब नू कहनी आ परमात्मा सब नू थोड़े वर्गे पुत देवे। तुसी मेरी गल सुनो जी, तड़के तसीले जाके इन्हां दोहां दे नौ जमीन करा दो, आपा की करनी आ, यही अपनी जमीन ने। भाजी इन्हां नू भी नाल ही लै जाओ, थोड़ा बहुत इन्हां नू भी तो पता लगे किवें काम हुंदे तसीले कचहरियां च। ओ कोई ना भाई, मैं तो की कहना, बग चले नाल चलना भाई। चल भाई चलते हैं, चल फिर। चंगा बापू असीं जा आईए फिर। हैं बेबे जी? हाँ कुड़े बहू। आना तेल गरम किया, बापू जी की लत दुखदी सी ना कल, लगा दिओ। हाँ पुत लगा दिनी आ। चल राणी आप रोटी बना दें। हाँ जी। बंत दी बेबे आ मल दे यार तेल, रात मैं सारी रात नहीं सुता। ठीक है जी। आ गए तुसी, निबड़ गया जमीन दा, ठीक रहा सारा कुछ? बापू बोले तो नहीं कुछ? ते अपने हो जग्गा वीर जी तो नहीं बोले कुछ? ना बोलता नहीं होना, बोल कुछ के कोई नवा स्यापा खड़ा करे आए। ओ पहला मैनू पानी दा गिलास लिया के दे। ले आउनी आ। दसो हुण होगी जमीन अपने ना कि नहीं? ओ हां हां होगी अपने ना। चल शुक्र आ, बापू ने बराबर दो हिस्सों च जमीन मेरे ते जग्गे दे नाम करवाती, 8 किले बाई दे नाम ते 8 किले मेरे नाम। ओए हुण तां खुश है तू? बहुत ही खुश हाँ। आ लै फड़ा रजिस्ट्री, सांभ के रख ली हुण इहनू। ओए 8 किल्लियां दी मालकण होगी हुण तू। कोई ना हुण मैं देखदी हां किवें पैंदा सब्जी च देसी घिओ। ओ की सोचण लग गई हुण? कुछ नहीं, बस थानू आपे ही पता लग जू थोड़े दिनां नूं होर। जा सामदे नूं।
आ तीवियां नूं भी कोई नहीं समझ सकदा। मिंट च राजे, मिंट च गुस्से, सारी गल समझ तो बाहर आ। आ जमीन तां वंडी गई, पर जमीन वंडण दे नाल नाल साडे घर दे रिश्ते भी वंडे गए। चलो जो मालक नूं मंजूर। ओ यार कम कराने केड़ा सौखे पए ने, इन्नी भज नठ कदे पटवारी कोले, कदे तहसीलदार कोले, कदे किधर जा कदे किधर जा, दुखी हो गया यार। चरण करे आ पानी दा गिलास ले यार। लियोनी आ आलो कराती बापू जी ने अपने नाम जमीन। हां जी हां आ ले। चल वधिया होया, नाले इन्नी उम्र च बापू जी नूं भज नठ करनी औखी सी। बथेरा टाइम बेबे बापू ने चम दियां चलौलियां, हुण मेरा टाइम आ, हुण देखी किवें ड्रामे हुंदे। बथेरा सह लिया हुण नहीं सहंदी। ओ भगवान ने की सोचण लागी? नहीं कुछ नहीं जी, तुहानूं आप ही पता लग जू थोड़े टाइम तक। कमलिया रजिस्ट्री सामदे, अठ किलिया दी मालकन हो गई हुण तू, अठ किलिया दी खुश है? हां जी बहुत खुश हां। चरण करे मेरी गल सुनी उरा के, आ दो क फुलके ला दी, मैं खेत जाना। हां बनानी आ। सरजीत कुरे रोटी नहीं दे के गए बहू, अगे तो इस टाइम तक फड़ा जाती सी, भुख बहुत लगी है, तू देख जरा जाके लिया फड़ के। देख लें अभी झट जे आते ने, नहीं फिर मैं लियाऊंगी। मेरे भी जय खाने के गोटे दुखते ने, की करा। ले ओ आ गई बहू। बापू जी आलो रोटी खा लो। पुत ये रोटियां तो ठंडियां ने, सोनू पता मैं गर्म रोटी खाना। ठंडी होवे तत्ती होवे जय जी मिलदी ना, चुप करके खा लो। मैं समझिया नहीं पुत। कोई ना बापू जी आजू की समझ हौली हौली। सरजीत कुरे अब बहू नू की हो गया, कल तो चंगी भली थी, बड़ा रुखा बोल के गई है, कितने तैं तो नहीं कुछ कहता? मैं की कहना जी, मैं तो थोड़े सामने सारे दिन पुत पुत कहती रहनी हाँ। ना मेरी गल सुनो जी, मैनू ऐ लगता इन्हें दी जमीन नौ लवा के कितने अपने गलती तो नहीं कर ली। सरदार जी जिही जी रुखी मिसी मिलती आ उही जी खा लो, कितने तो भी जाते रहिए। चुप कर रोना, पानी दा गिलास लिया। राणी आओ देख अपने ब्याह दी मूवी। तू मैनू एक गल दस, तू ब्याह वेले एडा घुंड कढ़िया सी, मैं तेनू घुंड विच देखदा सी। ते होर की सारा कुछ दिंदा हुंदा पता। मैनू तां ऐ सी कि तू वी लड़क के डिग पे चंद्री है कि तू सट सुट खा ले। ए ओ टिंडा देख ओ कच्चे पाई फिरदा पता अंदर। हायो रब्बा आ टाइम भी नहीं मुड़ के आउणे। की हो गई सोनू? मैं थोड़े वास्ते पानी लेके आनी हूँ, नाले दवाई लेके आनी हूँ। ओ देख ओ मगर देख गोलू कड़ा किवें फिरदा।
ਉਹ ਦੇਖ ਉਹ ਟਿੰਡੂ ਕੱਛਾ ਪਾਈ ਫਿਰਦਾ ਹੈ ਕਮਲਾ ਵਿਆਹ 'ਚ ਵੀ ਕੱਛਾ ਪਾਈ ਫਿਰਦਾ ਇਹ ਤਾਂ ਤੇਰਾ ਬਾਪੂ ਵੀ ਨਾ ਲਹੂ ਪੀ ਲਿਆ ਇਹਨੇ ਖੰਘ ਖੰਘ ਕੇ ਪਤਾ ਨਹੀਂ ਕਦੋਂ ਮਗਰੋਂ ਲੈਣਾ ਇਹਨਾਂ ਨੇ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰਿਆ ਕਰ ਬਜ਼ੁਰਗ ਕਿਵੇਂ ਨਾ ਕਰਾਂ ਗੁੱਸਾ ਆ ਸਾਰੇ ਦਿਨ 'ਚੋਂ ਦੋ ਮਿੰਟ ਹੁੰਦੇ ਆ ਬੈਠਣ ਨੂੰ ਲਹੂ ਪੀ ਛੱਡਿਆ ਇਹਨਾਂ ਜਦੋਂ ਦੇਖ ਲਓ ਸਵੇਰੇ ਸ਼ਾਮ ਇਹਨਾਂ ਦਾ ਖਾਉ ਖਾਉ ਨਹੀਂ ਲੋਟ ਆਉਂਦਾ ਪਤਾ ਨਹੀਂ ਕਿਤੇ ਖੜਾ ਛੁੱਟਣਾ ਇਹਨਾਂ ਤੋਂ ਆ ਪੱਕਾ ਵਿਹੜਾ ਧੋਣਾ ਪਤਾ ਕਿੰਨਾ ਔਖਾ ਨੌਕਰਾਂ ਨਹੀਂ ਸਮਝ ਰੱਖਿਆ ਇਹਨਾਂ ਨੇ ਮੈਨੂੰ ਉਹ ਚੱਲ ਕੋਈ ਗੱਲ ਨਹੀਂ ਇਹ ਉਮਰ ਇਹੋ ਜਿਹੀ ਹੁੰਦੀ ਆ ਇਹ ਨਹੀਂ ਹੜਦਾ ਅੱਜ ਤੂੰ ਖੜ ਮੈਂ ਕਰਦੀ ਹਾਂ ਲੋਟੇ ਨੂੰ ਉਹ ਰਾਣੀ ਉਹ ਗੱਲ ਸੁਣ ਕੀ ਖਾਉ ਖਾਉ ਲਾ ਰੱਖੀ ਹੈ ਬਾਪੂ ਜੀ ਜ਼ਿਆਦਾ ਖੰਘ ਆਉਂਦੀ ਹੈ ਨਾ ਤਾਂ ਬਾਹਰ ਚਲੇ ਜਾਓ ਬੇਬੇ ਬਾਹਰ ਲੈ ਜਾ ਬਾਪੂ ਨੂੰ ਕੋਈ ਨਾ ਪੁੱਤ ਥੁੱਕ ਥੁੱਕ ਵਿਹੜਾ ਭਰ ਦਿੱਤਾ ਪਤਾ ਪੱਕਾ ਵਿਹੜਾ ਸਾਫ਼ ਕਰਨਾ ਕਿੰਨਾ ਔਖਾ ਨੌਕਰਾਂ ਨਹੀਂ ਸਮਝ ਰੱਖਿਆ ਮੈਨੂੰ ਜਿੱਥੇ ਜੀ ਕਰਦਾ ਜਦੋਂ ਜੀ ਕਰਦਾ ਥੁੱਕ ਦਿੰਦੇ ਆ ਕੋਈ ਨਾ ਪੁੱਤ ਚਲੋ ਬਾਹਰ ਚਲੇ ਜਾਓ ਚੰਗਾ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦੀ ਹਾਂ ਜੀ ਕੀ ਗੱਲ ਹੋ ਗਈ ਹੋਇਆ ਤੇਰਾ ਸਿਰ ਤੂੰ ਨਾ ਬਸ ਘੁੱਗੋ ਹੀ ਬਣਿਆ ਰਹੀ ਤੇ ਇੱਥੋਂ ਨਹੀਂ ਹੋਣਾ ਕੁਛ ਹੁਣ ਤਾਂ ਜਿਹੜਾ ਕੁਛ ਕਰਨਾ ਹੈ ਨਾ ਮੈਨੂੰ ਹੀ ਕਰਨਾ ਪੈਣਾ ਕੀ ਆ ਇੱਥੇ ਤਾਂ ਕੰਮ ਹੀ ਨਹੀਂ ਮੁੱਕਦਾ ਜਦੋਂ ਮਰਜ਼ੀ ਦੇਖ ਲਓ ਕਦੇ ਰੋਟੀਆਂ ਬਣਾ ਲਓ ਕਦੇ ਕੱਪੜੇ ਧੋ ਲਓ ਕਦੇ ਭਾਂਡੇ ਪੈਣੇ ਕਦੇ ਕੁਛ ਕਦੇ ਕੁਛ ਵਿਆਹ ਕੇ ਕਾਹਦੀ ਆ ਗਈ ਇਹਨਾਂ ਨੇ ਤਾਂ ਮੈਨੂੰ ਨੌਕਰਾਂ ਨਹੀਂ ਸਮਝ ਰੱਖਿਆ ਕੀ ਆ ਰਹਿੰਦਾ ਖੁੰਦਾ ਹੁਣ ਆ ਬੁੜੇ ਜਿਹੇ ਨੂੰ ਬੁੜੇ ਜਿਹੇ ਨੇ ਤੰਗ ਕਰ ਰੱਖਿਆ ਦੀ ਪੁੱਤ ਚਰਨੋ ਲਾ ਵੀ ਤੋ ਦੀ ਪੁੱਤ ਆ ਕੀ ਬੇਬੇ ਤੇਰੇ ਬਾਪੂ ਦੇ ਕੱਪੜੇ ਨੇ ਪੁੱਤ ਧੋ ਦੇ ਅੱਗੇ ਵੀ ਤੇ ਤੂੰ ਹੀ ਧੋਨੀ ਆ ਤੁਸੀਂ ਆਪ ਧੋ ਲੋ ਨਾਲੇ ਤੁਹਾਨੂੰ ਕੀ ਹੋਇਆ ਚੰਗੇ ਭਲੇ ਤਾਂ ਹੈਗੇ ਹੋ ਨਾਲੇ ਬੰਦੇ ਦੇ ਹੱਡ ਪੈਰ ਚੱਲਦੇ ਰਹਿੰਦੇ ਨੇ ਨਾਲੇ ਸਿਹਤ ਠੀਕ ਰਹਿੰਦੀ ਆ ਐਂ ਕੀ ਕਹਿਣੀ ਪੁੱਤ ਪਹਿਲਾਂ ਤੂੰ ਕਦੇ ਜਵਾਬ ਨਹੀਂ ਦਿੱਤਾ ਹੁਣ ਤੈਨੂੰ ਕੀ ਹੋ ਗਿਆ ਪੁੱਤ ਅਸੀਂ ਤਾਂ ਤੈਨੂੰ ਕਦੇ ਚੰਗਾ ਮਾੜਾ ਵੀ ਨਹੀਂ ਕਿਹਾ ਨਾ ਮੈਨੂੰ ਕੀ ਚੰਗਾ ਮਾੜਾ ਕਹੋਗੇ ਤੁਸੀਂ ਮੈਂ ਕਿਹੜਾ ਵਿਹਲੀ ਬੈਠੀ ਰਹਿੰਦੀ ਹਾਂ ਕੱਪੜੇ ਧੋਣ ਵਾਲੇ ਪਿਆ ਸਾਰਾ ਵਿਹੜਾ ਉਹ ਸੰਭਰਨ ਵਾਲਾ ਹੋਇਆ ਪਿਆ ਭਾਂਡਿਆਂ ਦਾ ਉਹ ਟੋਕਰਾ ਭਰਿਆ ਪਿਆ ਕੋਈ ਹੱਥ ਨਹੀਂ ਲਾਉਂਦਾ ਮੇਰੇ ਬਿਨਾਂ ਨਾਲੇ ਮਸ਼ੀਨ ਨਹੀਂ ਹੈਗੀ ਮੈਂ ਕੋਈ ਮੈਨੂੰ ਵੀ ਕਦੇ ਦਮ ਲੈ ਲੈਂਦਿਆ ਕਰੋ ਹੱਦ ਹੋਈ ਪਈ ਆ ਤੁਹਾਡੀ ਜਮਾ ਹੀ ਤੁਹਾਡੇ ਮੁੰਡੇ ਨੂੰ ਕਹਿ ਦਿਓ ਉਹ ਧੋ ਦੂਗਾ ਕੱਪੜੇ ਮੈਥੋਂ ਨਹੀਂ ਹੁੰਦਾ ਤੁਹਾਡਾ ਰੋਜ਼ ਰੋਜ਼ ਦਾ ਸਿਆਪਾ ਆ ਲੈ ਜਾ ਆਪਣੇ ਦੇਖ ਕਿਵੇਂ ਲੱਗੀ ਆ ਡਰਾਮੇ ਕਰਨਾ ਚੰਗੇ ਭਲੇ ਹੱਥ ਪੈਰ ਚੱਲਦੇ ਆ ਆਪ ਧੋ ਲਿਆ ਕਰੋ ਨੌਕਰਾਂ ਨੇ ਉਹ ਸਮਝ ਰੱਖਿਆ ਸਾਰਿਆਂ ਨੇ ਜਿੰਨੇ ਮਰਜ਼ੀ ਡਰਾਮੇ ਕਰ ਲਾ ਮੇਰੇ ਤੇ ਅਸਰ ਨਹੀਂ ਹੁੰਦਾ ਤੇਰਾ ਆਪਦੇ ਦੋ ਕੱਪੜੇ ਨਹੀਂ ਧੋਤੇ ਜਾਂਦੇ ਇਹਦੇ ਤੋਂ ਸੱਚੀ ਕੀ ਕਰਾਂ ਮੈਂ ਹੱਦ ਹੋ ਗਈ ਤੇਰੇ ਬੇਬੇ ਬਾਪੂ ਦੀ ਓਏ ਕੀ ਹੋ ਗਿਆ ਕਿਉਂ ਹੀਟਰ ਵਾਂਗੂ ਲਾਲ ਹੋਈ ਫਿਰਦੀ ਆ ਮੈਥੋਂ ਨਹੀਂ ਰੋਜ਼ ਰੋਜ਼ ਗੰਦ ਸਾਫ਼ ਹੁੰਦਾ ਤੇਰੇ ਬੇਬੇ ਬਾਪੂ ਦਾ ਆਪੇ ਧੋਣ ਚਾਹੀ ਨਾ ਨਵਾਬਾਂ ਵਾਂਗੂ ਨਾ ਮੰਜੇ 'ਤੇ ਬੈਠੇ ਹੀ ਹੁਕਮ ਮਾਰੀ ਜਾਣਗੇ ਕਦੇ ਉਹ ਗਰਮ ਕਰਕੇ ਲਿਆ ਦੇ ਕਦੇ ਆ ਠੰਡਾ ਹੋ ਗਿਆ ਸੱਚੀ ਪਾਗਲ ਕੀਤੀ ਪਈ ਹਾਂ ਮੈਂ ਤਾਂ ਇਹਨਾਂ ਦੀ ਆਪ ਤਾਂ ਤੁਸੀਂ ਖੇਤ ਚਲੇ ਜਾਂਦੇ ਹੋ ਇੱਥੇ ਸਾਰਾ ਦਿਨ ਸਹਿੰਦੀ ਮੈਂ ਰਹਿੰਦੀ ਹਾਂ ਸੁਰਜੀਤ ਕੁਰੇ ਆ ਮੁੰਡਿਆਂ ਨੂੰ ਬੁਲਾ ਦਵਾਈ ਦਵਾ ਲਿਆਉਣਗੇ ਮੈਨੂੰ ਮੁੰਡਿਆਂ ਨੂੰ ਕਹਿ ਦਵਾਈ ਦਵਾ ਦੇਣਗੇ ਔਖਾ ਬਹੁਤ ਆ ਕੋਈ ਨਾ ਜੀ ਕਹਿ ਦਿੰਦੀ ਹਾਂ ਪਹਿਲਾਂ ਤੁਸੀਂ ਆ ਦਵਾਈ ਖਾ ਲਓ ਮੈਂ ਲੈਣੀ ਜੱਗੇ ਨੂੰ ਬੁਲਾ ਕੇ ਪਹੁੰਚ ਜੂੰਗਾ ਕੋਈ ਨਹੀਂ ਜੀ ਮੈਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਮੈਂ ਪਹੁੰਚ ਜੂੰਗਾ ਬੇ ਪੁੱਤ ਜੱਗੇ ਤੇਰਾ ਬਾਪੂ ਬਹੁਤ ਢਿੱਲਾ ਪੁੱਤ
ਉਹਨੂੰ ਡਾਕਟਰ ਦੇ ਲੈ ਜਾਓ। ਕੁਛ ਨਹੀਂ ਹੋਇਆ, ਚੰਗਾ ਭਲਾ ਤਾਂ ਹੈਗਾ। ਤੁਸੀਂ ਆਪਣਾ ਖੇਤ ਜਾਓ, ਨਾਲੇ ਅਸੀਂ ਸਾਰੇ ਕਿਸੇ ਦਾ ਇੱਥੇ ਠੇਕਾ ਨਹੀਂ ਲਿਆ। ਬੇਬੇ ਜੀ, ਬੰਤ ਨੂੰ ਕਹਿ ਦਿਓ ਵਿਹਲੇ ਹੀ ਆ, ਉਹ ਦੱਸ ਕੀ ਕਰਦਾ ਇੱਥੇ। ਆਹੋ, ਅਸੀਂ ਤਾਂ ਆਪੇ ਵਿਹਲੇ ਹਾਂ, ਸਾਰਾ ਕੰਮ ਤਾਂ ਭਾਈ ਤੁਸੀਂ ਸਾਡਾ ਕਰ ਦਿੰਦੇ ਹੋ। ਹੈ ਜੇ ਠੇਕਾ ਤੁਸੀਂ ਨਹੀਂ ਨਾ ਚੱਕਿਆ ਤਾਂ ਅਸੀਂ ਵੀ ਨਹੀਂ ਚੱਕਿਆ, ਅਸੀਂ ਵੀ ਨੌਕਰ ਨਹੀਂ ਹੈਗੇ। ਜਿੰਨਾ ਬਾਪੂ ਸਾਡਾ ਨਾ, ਉਹਨਾਂ ਤੁਹਾਡਾ ਵੀ ਆ। ਆਪੇ ਲਿਆਓ ਜਾ ਕੇ ਦਵਾਈ, ਹੁਣ ਅਸੀਂ ਨਹੀਂ ਜਾਂਦੇ। ਭਾਬੀ, ਵੱਡੇ ਛੋਟੇ ਦੀ ਸੰਗ ਸ਼ਰਮ ਕਾਹੀ ਆ? ਹਾਲੇ ਤੱਕ ਸੰਗ ਸ਼ਰਮ ਹੀ ਕੀਤੀ ਹੈ ਨਾ, ਕੀ ਮਿਲਿਆ ਸਾਨੂੰ, ਜੁੱਤੀਆਂ? ਮੇਰੀ ਗੱਲ ਸੁਣ ਲਓ ਕੰਨ ਖੋਲ ਕੇ, ਬਹੁਤ ਕਰ ਲਿਆ ਸੀ ਤੁਹਾਡਾ ਅਤੇ ਨਾਲੇ ਬੇਬੀ ਬਾਪੂ ਦਾ, ਹੁਣ ਨਹੀਂ ਹੁੰਦਾ ਸਾਥੋਂ। ਜਿਹਨੇ ਜੋ ਕਰਨਾ ਕਰ ਲਓ। ਉਹ ਠੀਕ ਹੈ ਤਾਂ ਕਹਿੰਦੀ ਰਾਣੀ, ਨਾ ਸਾਨੂੰ ਹੁਣ ਤੱਕ ਕੀ ਮਿਲਿਆ ਆ ਜੁੱਤੀਆਂ ਤੋਂ ਇਲਾਵਾ? ਉਹ ਮੈਂ ਜਾ ਕੇ ਆਇਆ ਆੜਤੀ ਕੋਲ ਸ਼ਹਿਰ, ਐਡਾ ਫਰਲਾ ਚੱਕੀ ਬੈਠਾ ਉਹ ਤੁਹਾਡੀਆਂ ਕਰਤੂਤਾਂ ਦਾ, ਆ ਸਾਰਾ ਕੱਚਾ ਚਿੱਠਾ ਖੁੱਲ੍ਹ ਗਿਆ। ਹੁਣ ਤੱਕ ਅਸੀਂ ਤੈਨੂੰ ਵੱਡਾ ਸਮਝਦੇ ਸੀਗੇ ਵੀ ਚੱਲ ਕੀ ਕਹਿਣਾ ਕੀ ਕਹਿਣਾ, ਤੂੰ ਵੱਡਾ ਹੋਣ ਦਾ ਨਜਾਇਜ਼ ਫਾਇਦਾ ਚੁੱਕ ਗਿਆ, ਪਰ ਹੁਣ ਨਹੀਂ ਚੁੱਕਣ ਦਿੰਦੇ। ਬੇ ਪੁੱਤ, ਨਾ ਲੜੋ ਵੇ, ਹਾੜੇ ਹਾੜੇ ਮੈਂ ਪਿੰਡ ਵਾਲੇ ਡਾਕਟਰ ਦੀ ਦਵਾਈ ਲਿਆ ਕੇ ਦੇ ਦਿੰਦੀ ਹਾਂ। ਹਾੜੇ ਲੜੋ ਨਾ ਪੁੱਤ, ਤੁਸੀਂ ਲੜੋ ਨਾ ਪੁੱਤ, ਕਲੇਸ਼ ਮਾੜਾ ਹੁੰਦਾ। ਮੈਂ ਤਾਂ ਕਹਿੰਦੀ ਹਾਂ ਇਸ ਬੁੜੇ ਬੁੜੇ ਨੂੰ ਕਿਤੇ ਛੱਡੇ ਆਓ, ਸਾਰਾ ਦਿਨ ਖੰਘਦਾ ਰਹਿੰਦਾ, ਕੱਪੜੇ ਉਹ ਗੰਦੇ ਕਰ ਦਿੰਦਾ, ਮੈਥੋਂ ਨਹੀਂ ਕਿਸੇ ਦਾ ਗੰਦ ਧੋ ਹੁੰਦਾ। ਮੈਥੋਂ ਵੀ ਨਹੀਂ ਧੋ ਹੁੰਦਾ। ਜੱਗੇ ਬਾਈ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ, ਐਂ ਤਾਂ ਆਪਣੇ ਘਰੇ ਕਲੇਸ਼ ਵੱਜੂਗਾ। ਐਂ ਕਰਦੇ ਆ, ਤੂੰ ਚੱਲ ਮੇਰੇ ਨਾਲ, ਆਪਾਂ ਬਾਪੂ ਬੇਬੇ ਨਾਲ ਗੱਲ ਕਰਦੇ ਹਾਂ। ਚੱਲ ਆ, ਲੈ ਜੋ ਤੁਹਾਨੂੰ ਪਿੰਡ ਵਾਲੇ ਡਾਕਟਰ ਦੀ ਦਵਾਈ ਦਵਾ ਲਿਆ ਮਾਂ। ਉਹ ਬਾਪੂ, ਸਾਰਾ ਦਿਨ ਖੈਂ ਖੈਂ ਕਰਦਾ ਰਹਿੰਦਾ ਤੂੰ, ਕੰਮ ਕਰ ਤੇਤੋਂ ਕੋਈ ਕਰ ਨਹੀਂ ਹੁੰਦਾ, ਅਸੀਂ ਤਾਂ ਥੱਕ। ਸੱਚ ਤਾਂ ਆਪਦਾ ਕੰਮ ਨਹੀਂ ਸੀ ਮੁੱਕਦਾ, ਉੱਤੋਂ ਇਹਨਾਂ ਦਾ ਸਿਆਪਾ ਰਹਿੰਦਾ ਸੀ। ਸੌਖੇ ਹੋ ਜਾਂਗੇ ਹੁਣ, ਆ ਵੀ ਲੈ ਜਾ, ਮਨ ਮਨ ਮੁਸਕ ਮਾਰਦਾ। ਚੱਲ ਸਰਜੀਤ ਕੁਰੇ, ਚੱਲ ਚੱਲੀਏ, ਜਦ ਆਪਣੀ ਖੂਨ ਚਿੱਟਾ ਹੋ ਜੇ। ਬਗਾਨੀ ਧੀਆਂ ਤੋਂ ਕੀ ਆਸ ਰੱਖਦੀਆਂ ਕਮਲੀਏ, ਇੱਥੇ ਕੋਈ ਨਹੀਂ ਆਪਣਾ, ਚੱਲ ਚੱਲੀਏ। ਉਹ ਜਾਓਗੇ ਹੁਣ ਕਿ ਧੱਕੇ ਖਾ ਕੇ ਜਾਓਗੇ ਇੱਥੋਂ? ਚਲੋ ਚੱਲ ਸਰਜੀਤ ਪੁਰੇ, ਖੜੀ ਹੋ, ਚੱਲ ਚੱਲੀਏ।
ਦੇਖ ਲੈ ਸੁਰਜੀਤ ਕੁਰੇ, ਜਵਾਨਾਂ ਕਿਹੋ ਜਿਹਾ ਆ ਗਿਆ, ਕਿੰਨੇ ਸਵਾਰਥੀ ਹੋ ਗਏ ਨਾ ਲੋਕ, ਲੋਕਾਂ ਦੀ ਤਾਂ ਸਾਡਾ ਸੁਰਜੀਤ ਕੁਰੇ ਆਹ ਦੇਖ ਲਾ, ਆਪਣੇ ਢਿੱਡੋ ਜੰਮੇ ਨੇ ਕੀ ਕੀਤਾ ਆਪਣੇ ਨਾਲ, ਇਸ ਤੋਂ ਵੱਡਾ ਕਲਯੁਗ ਕੀ ਹੋਊਗਾ। ਜਿਨ੍ਹਾਂ ਦਾ ਗਊ ਮੂੰਹ ਧੋਣ ਲੱਗਿਆ ਆਪਾਂ ਕਦੇ ਨਫ਼ਰਤ ਨਹੀਂ ਕੀਤੀ, ਅੱਜ ਉਹ ਆਪਣੇ ਖੰਘਣ 'ਤੇ ਹੀ ਨਫ਼ਰਤ ਕਰਦੇ ਆ। ਵਾਹ ਮੇਰੇ ਮਾਲਕਾ, ਕੈਸੀਆਂ ਕੈਸੀਆਂ ਖੇਡਾਂ ਨੇ ਤੇਰੀਆਂ। ਅੱਜ ਕੱਲ੍ਹ ਰਿਸ਼ਤਿਆਂ 'ਚ ਇਹੀ ਜੀ ਕੜਵਾਹਟ ਆ ਗਈ ਸਰਦਾਰ ਜੀ, ਹਰੇਕ ਬੰਦਾ ਸਵਾਰਥ ਨਾਲ ਜੁੜ ਗਿਆ, ਲੋਕ ਨਾ ਅੱਜ ਕੱਲ੍ਹ ਮੱਖੀਆਂ ਵਰਗੇ ਹੋ ਗਏ, ਜਿੱਥੇ ਮਿੱਠਾ ਦਿਸਦਾ ਉੱਥੇ ਇਕੱਠੇ ਹੋ ਜਾਂਦੇ ਨੇ, ਅਤੇ ਫਿੱਕੇ ਵਾਲੇ ਪਾਸੇ ਕੋਈ ਨਹੀਂ ਆਉਂਦਾ। ਚੱਲ ਹੁਣ ਆਪਾਂ ਆਪਦੇ ਕਰਮਾਂ ਦੀ ਭੋਗੀਏ, ਜ਼ਮੀਨ ਵੰਡਾ ਲਈ, ਘਰ ਪਰਿਵਾਰ ਵਾਲੇ ਹੋ ਗਏ, ਆਪਣੇ ਕੋਲ ਤਾਂ ਕੁਛ ਨਹੀਂ ਰਿਹਾ। ਚੱਲ ਜਿਉਂਦੇ ਵੱਸਦੇ ਰਹਿਣ, ਜਵਾਨੀਆਂ ਮਾਰਨ। ਸੁਰਜੀਤ ਕੁਰੇ, ਹਜੇ ਵੀ ਤੂੰ ਉਹਨਾਂ ਲਈ ਦੁਆਵਾਂ ਮੰਗਦੀ ਹੈ ਜਿਨ੍ਹਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢਿਆ, ਨੂੰਹਾਂ ਸਾਹਮਣੇ ਆਪਾਂ ਨੂੰ ਬੇਇੱਜ਼ਤ ਕੀਤਾ। ਸਰਦਾਰ ਜੀ, ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ, ਮਾਪੇ ਕਦੇ ਕਮਾਪੇ ਨਹੀਂ ਹੁੰਦੇ। ਸੁਰਜੀਤ ਕੁਰੇ, ਚੱਲ ਇੱਥੇ ਕੋਈ ਨਹੀਂ ਹੈ ਆਪਣਾ।